सुजानपुर के फिरोजपुर कला में पीने के पानी के लिए त्राही त्राही मची हुई है। वाटर सप्लाई के कनेक्शन तो विभाग की ओर से दिए गए हैं और कनेक्शन के बदले पानी का बिल भी आ रहा है, लेकिन पानी अभी तक लोगों को नसीब नहीं हुआ। पानी की बूंद बूंद के लिए तरसे इन लोगों ने, जब अपने प्रतिनिधि से फरियाद करनी चाही तो वहां से भी दो टूक जवाब मिला। सुजानपुर के विधायक साहब से हमारा आग्रह है कि बहुत बड़ी जिम्मेदारी से आपको नवाजा गया है, कृपया आसपास नजर दौड़ाएं, आपको केवल इशारा भर करना है, आपके एक इशारे से जल थल एक हो सकता है, सत्ता आपको सेवा के लिए ही दी गई है। की समस्या आ रही है थे? पानी की सर, पानी बस चढ़ता नहीं है, नलके चढ़े 15 दिन हो जो मोटर माटर लगी है ना इधर पिछे, तो साढ़े नलके पानी नहीं चढ़ता, और दूसरी एक गली भी है जो थोड़ा पानी नहीं आ रहा। कोई कंप्लेन वगैरह कराई थी? मैं क्या बिल वाले क्या ही, मैं क्या साढ़े पानी नहीं आता, बिल सू दिते फरलो लाइए, तो कहता तुम पे उन्होंने अफसर गल कर। हाँ जी, अभी कहने का पानी आना चाहिए और गली बननी चाहिए। हाँ बस साढ़ा यो पानी दी, पानी नहीं आता नलकिया से, जल्द एक बाल्टी भर दी है तो बस पानी खत्म हो जाता, गलियां टूटी टूटी दी ने। किन्नी देर तो पानी नहीं आ रहा? यह हूँ पहले सर्दियों आता रहा, हूँ जो गर्मी हुई है तो पानी बंद। ਕਿਹੜਾ ਪਿੰਡ ਪੈਂਦਾ ਆਪਣਾ? ਫਿਰੋਜ਼ਪੁਰ ਕਲਾਂ। ਸਮੱਸਿਆ ਜੀ, ਇੱਕ ਤਾਂ ਪਾਣੀ ਨਹੀਂ ਚੜ੍ਹਦਾ, ਜਦੋਂ ਤਾਂ ਨਲਕੇ ਨਾਲ ਲਾਏ ਨਾ ਉਦੋਂ ਤਾਂ ਪਾਣੀ ਨਹੀਂ ਚੜਿਆ, ਇੱਕ ਨਲਕਾ ਚੱਲਦਾ ਫਿਰ ਲਾ ਲਓ ਵੀ ਗੰਦਾ, ਲੋਹਾਂਡੇ ਨਾਲ ਤਾਸੀਆਂ ਨਾਲ ਪਾਣੀ ਭਰਨ ਡਿਆ ਸੀ ਬਾਲਟੀਆਂ ਪਾਉਂਦੇ ਨੇ ਉਹ ਥਾਲੀਆਂ ਦੇ ਵਿੱਚ, ਉਹ ਘਰ ਕਹਿੰਦਾ ਅਸੀਂ ਉੱਥੇ ਲੈਂਦੇ ਆਉਂਦੇ, ਤਾਂ ਮੌਕਾ ਦੇਖਿਆ ਆ ਸਾਡਾ, ਕਿੰਨੇ ਵਾਰੀ ਅਫਸਰ ਆਏ ਨਾ ਕੋਈ ਨਾ ਸਾਡੀ ਸੁਣਾਈ ਨਹੀਂ ਕੀਤੀ, ਔਰ ਕਿੰਨੇ ਚਿਰ ਚਿਰ ਹੋਇਆ ਇੱਥੇ ਸਰਪੰਚ ਬਣਿਆ ਤਾਂ ਸਾਡੀ ਗਲੀ ਨਹੀਂ ਬਣਾਈ ਉਹਨੇ, ਸਾਰੀਆਂ ਗਲੀਆਂ ਕਰਤੀਆਂ ਪੱਕੀਆਂ ਸਾਡੀ ਗਲੀ ਨਹੀਂ ਬਣਾਈ ਉਹਨੇ, ਇਹ ਸਮੱਸਿਆ। ਜਦੋਂ ਪਾਣੀ ਆਉਂਦਾ ਸਾਡਾ ਗੋਡਾ ਗੋਡਾ ਪਾਣੀ ਲੰਘ ਗਿਆ, ਅਸੀਂ ਇੱਧਰ ਨੂੰ ਜਾਂਦੇ ਹਾਂ, ਸਾਡਾ ਕੋਈ ਨਾ ਹੱਲ ਨਹੀਂ ਕੀਤਾ, ਨਾ ਸਰਪੰਚਾਂ ਨੇ ਕੀਤਾ ਤਾਂ ਨਾ ਅਫਸਰਾਂ ਨੇ ਕੀਤਾ। ਅਤੇ ਉਹ ਕਹਿੰਦਾ ਵੀ ਜਿੱਥੇ ਜ਼ੋਰ ਲੱਗਦਾ ਲਾ ਲਓ, ਤੁਹਾਡੇ ਤਾੜਾ ਤਾਂ ਬਣਾ ਲਓ, ਨਹੀਂ ਤਾੜਾ ਗਏ ਤਾਂ ਮੈਂ ਆਪਣੀ ਮਰਜ਼ੀ ਨਾਲ ਬਣਾਉਣਾ ਚਾਹੁੰਦਾ। ਕੌਣ ਕਹਿੰਦਾ ਇੰਨੀ ਗੱਲ? ਸਰਪੰਚ। ਪਾਣੀ ਤਾਂ ਆਉਂਦਾ ਹੀ ਨਹੀਂ ਇੱਧਰ, ਤੁਸੀਂ ਦੇਖਿਆ ਤਾਂ ਹੈ ਮੌਕਾ, ਅਤੇ ਗਰਮੀ ਦਾ ਟਾਈਮ ਆ, ਤੁਸੀਂ ਦੇਖਿਆ ਤਾਂ ਹੈ ਮੌਕਾ। ਕੀ ਮੰਗ ਕਰਨਾ ਚਾਹੁੰਦੇ ਹੋ? ਮੰਗ ਕਰਨਾ, ਸਾਡੀ ਗਲੀ ਵੀ ਬਣਨੀ ਚਾਹੀਦੀ, ਸਾਡੇ ਨਲਕਿਆਂ ਦਾ ਪਾਣੀ ਵੀ ਹਰ ਘਰ ਪੁੱਜਣਾ ਚਾਹੀਦਾ, ਕਿਉਂਕਿ ਬਿੱਲ ਅਸੀਂ ਤਾਂ ਦੇਣਾ, ਨਹੀਂ ਤਾਂ ਬਿੱਲ ਕੋਈ ਨਹੀਂ ਦੇਣਾ। ਪਾਣੀ ਦੀ ਬੜੀ ਤਗੜੀ ਸਮੱਸਿਆ ਜੀ, ਅੱਜ ਕੱਲ੍ਹ ਗਰਮੀ ਦਾ ਮੌਸਮ ਹੈ, ਨਹਾਉਣਾ ਵੀ ਧੋਣਾ ਵੀ, ਹਾਂਜੀ ਭਾਂਡੇ ਭੁੰਡੇ ਵੀ ਮਾਂਜਣੇ, ਕੱਪੜੇ ਵੀ ਧੋਣੇ ਹੁੰਦੇ ਨੇ, ਤਾਂ ਉਹਦੇ ਵਾਸਤੇ ਪਾਣੀ ਦੀ ਇੰਨੀ ਦਿੱਕਤ ਹੈ ਕਿ ਇੱਕ ਵਾਰੀ ਬਾਲਟੀ ਇੱਕ ਭਰੇ ਜਾਂਦੀ ਹੈ ਪਾਣੀ ਦੀ, ਅਤੇ ਅੱਗੇ ਪਾਣੀ ਜਿਹੜਾ ਮਿਲਣਾ ਬੜਾ ਔਖਾ ਹੋ ਜਾਂਦਾ, ਅਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਅੱਗੇ ਵੀ ਸਾਡਾ ਜਿਹੜਾ ਇਹ ਨਲਕਿਆਂ ਦਾ ਕੰਮ ਹੈ ਅਤੇ ਸੜਕ ਦਾ ਕੰਮ ਹੈ, ਇਹ ਜਿਹੜਾ ਕੰਪਲੀਟ ਕਰਕੇ ਅਤੇ ਇਹਨਾਂ ਹਰੀਜਨਾਂ ਨੂੰ, ਮਤਲਬ ਇਹਨਾਂ ਦੇ ਮਨ ਜਿਹੜਾ ਨਾ ਉਹ ਜਿੱਤਿਆ ਜਾਏ। ਕੀ ਸਮੱਸਿਆ ਆ ਰਹੀ ਹੈ ਤੁਹਾਨੂੰ? ਪਾਣੀ ਬਿਲਕੁਲ ਬੰਦ ਆ, ਪਾਣੀ ਆਉਂਦਾ ਹੀ ਨਹੀਂ ਸਾਡਾ ਨਲਕਾ, ਬਿਲਕੁਲ ਬੰਦ ਆ। ਕਿੰਨੀ ਦੇਰ ਤੋਂ ਪਾਣੀ ਨਹੀਂ ਆ ਰਿਹਾ? ਅੱਜ 4-5 ਮਹੀਨੇ ਹੋਏ ਪਾਣੀ ਸਾਡਾ ਆਉਂਦਾ ਹੀ, ਬਿਲਕੁਲ ਨਲਕਾ ਪੈਪ ਦੇਖੀ ਸਕਦੇ ਹੋ ਤੁਸੀਂ ਜਾਈਏ, ਵੀ ਲੰਮੇ ਪਾਈ ਹੋਈ ਪੈਪ, ਭਾਵੇਂ ਤਾਂ ਥਾਲੀ ਦਾ ਤਾਂ ਵੀ ਪਾਣੀ ਨਹੀਂ ਆਉਂਦਾ, ਤਾਂ ਬਿਲਕੁਲ ਨਲਕੇ ਲੰਮੇ ਪਾਈ ਪੈ ਕੇ ਪਾਣੀ ਨਾ ਭਰਨ ਦੇ ਸਾਰੇ ਹੀ ਦੇਣ ਦੇ ਬਿੱਲ, ਹਰ ਵਾਰੀ ਬਿੱਲ ਆਉਂਦਾ ਬਿੱਲ ਦਿੰਦੇ ਹਾਂ, ਹੁਣ ਮੁੜੀ ਆਏ ਦਾ 100 ਤਾਂ ਹਰੇ ਕੁਛ ਪੈਸੇ ਨੇ ਇਹਦੇ, 200 ਰੁਪਏ ਆਈ ਦਾ ਸਾਨੂੰ ਪਾਣੀ ਦੀ ਸਮੱਸਿਆ, ਬਾਕੀ ਗਲੀ ਦੀ ਸਮੱਸਿਆ ਹੈ, ਗਲੀ ਸਾਡੀ ਬਣਨਾ ਕਿਉਂਕਿ ਹੈ, ਗਲੀ ਬਿਲਕੁਲ ਸਾਡੀ ਬੇਕਾਰ ਹੈ, ਸਾਡੀ ਗਲੀ ਵੱਲ ਕੋਈ ਦਿਖਦਾ ਹੀ ਨਹੀਂ। ਮੇਰਾ ਨਾਂ ਜੋਗਿੰਦਰ, ਸਮੱਸਿਆ ਵਿੱਚ ਆਉਂਦਾ ਹੋਇਆ ਕਨੈਕਸ਼ਨ ਲਵਾਇਆ, ਸਾਨੂੰ ਪਾਣੀ ਨਹੀਂ ਆਇਆ, ਬਿੱਲ ਭੇਜਦੇ ਆ 50 ਰੁਪਏ ਮਹੀਨੇ ਦਾ, ਤਾਂ ਜੇ ਪਾਣੀ ਆਵੇ ਤਾਂ ਬਿੱਲ ਭਰੀਏ, ਜੇ ਨਾ ਆਵੇ ਤਾਂ ਕਿੱਥੋਂ ਭਰਨਾ, ਹੈਂ ਪਾਣੀ ਆਉਂਦਾ ਹੀ ਨਹੀਂ, ਅਸੀਂ ਇੱਧਰੋਂ ਬਾਹਰੋਂ ਕਿਤੇ ਨਲਕੇ ਨੁਲਕੇ ਪਾਣੀ ਭਰ ਕੇ ਤਾਂ ਉਹ ਪੀਣ ਦਾ ਕਰਨੇ ਪ੍ਰੋਬਲਮ, ਨਹੀਂ ਘਰ ਮੇਰਾ ਨਾਲ ਹੀ ਹੈ ਜਨਾਬ, ਇਹ ਨਾਲ ਹੈ ਬਈ, ਉਹ ਕੁੜੀ ਜਿੰਨਾ ਨਹੀਂ ਖੁੜਤੀ ਹੈ, ਜੇ ਨਾਲ ਜੋ ਪਾਣੀ ਆਉਂਦਾ ਆ ਤਾਂ ਅਸੀਂ ਜ਼ਿੰਮੇਵਾਰ ਹਾਂ, ਜੇ ਨਹੀਂ ਪਾਣੀ ਆਉਂਦਾ ਤਾਂ ਫਿਰ ਤੁਸੀਂ ਆਪੇ ਸੋਚ ਲਓ, ਹੈ ਨਹੀਂ ਚੋੜ ਚੋੜ ਵੀ ਨਹੀਂ ਹੈ ਉਹ, ਚਲੋ ਚੋੜ ਚੋੜ ਵੈਸੇ ਤਾਂ ਵੱਖਰੀ ਗੱਲ ਹੈ, ਅਤੇ ਜਦ ਚੋੜ ਸਾਡੇ ਢੇਡੇ 'ਚ ਹੀ ਹੁੰਦਾ ਚੋੜ ਚੋੜ, ਕਿਉਂਕਿ ਪਾਣੀ ਨਹੀਂ ਮਿਲਦਾ ਚੋੜ ਚੋੜੀ ਆ, ਮੰਗ ਕਰਦੇ ਪਾਣੀ ਬਣਾਓ ਮੰਗਾਓ ਸਾਡਾ ਚੰਗਾ ਜੀ। ਅਸ਼ਵਨੀ ਕੁਮਾਰ ਸਰ ਜੀ, ਸਾਡੇ ਮੁਹੱਲੇ ਤੁਸੀਂ ਦੇਖੀ ਪਾਣੀ ਦੀ ਬੜੀ ਪ੍ਰੋਬਲਮ ਹੈ, ਇਸ ਟਾਈਮ ਛੁੱਟੀ ਦਾ ਟਾਈਮ ਬੱਚਾ ਚੱਲ ਰਿਹਾ, ਬੱਚਾ ਨਹਾਉਣ ਧੋਣ ਦਾ ਬਹੁਤ ਪ੍ਰੋਬਲਮ ਪਾਣੀ ਦੀ, ਤਾਂ ਕਾਫੀ ਦੇਰ ਤੋਂ ਪ੍ਰੋਬਲਮ ਆ ਰਹੀ ਪਾਣੀ ਦੀ, ਤਾਂ ਪਲੀਜ਼ ਕੋਈ ਸਮੱਸਿਆ ਹੱਲ ਕੀਤੀ ਜਾਣੀ ਚਾਹੀਦੀ। ਰਾਜ ਕੁਮਾਰ ਅੱਤੇ ਪਰ 70 ਘਰ ਨਹੀਂ ਹੋਣੇ, ਉੱਥੇ ਉਹ ਲੱਗੀ ਹੈ ਵਾਟਰ ਸਪਲਾਈ,
सन्नी जी 30-35 घर ने उत्थे वाटर सप्लाई लगी है। साढ़ा 500 घर है पिंड का, साढ़े पिंड वाटर सप्लाई नहीं लगी। गल है भी साढ़े पिंड जी वाटर सप्लाई लगनी चाहिए। बे नकले वह बे उत्थे 5 किले जगह फाह लाई दी है, है उत्थे नहीं मतलब कोई वाटर सप्लाई बनाई सके। जगह ना आवे तो फिर तक भी जगह नहीं है, जगह पेदी है तो फिर भी नहीं वाटर सप्लाई बनाते। तो एक गली है जी तुम देखी लिया भी किन्ना नरक है पेदा, अद्धे कीड़े खा करने अं मान के भी साड़ी गली तैयार होनी है तो वाटर सप्लाई जी साढ़े पिंड लगनी चाहिए। रागी होम डेकोर गिव योर होम ऑफिसेज इंटीरियर एंड एक्सटीरियर वॉल्स सीलिंग furniture and door panel an elegant look expert in UV PVC wallpapers partition jali wood flooring आपकी काल्पनिक सोच को उतारे आकार में और आकार सवारे आपके घरों दफ्तरों और किसी भी प्रकार के व्यवसायिक स्थलों को 100% इको फ्रेंडली 100% मॉइस्चर प्रूफ 100% टर्माइट प्रूफ एक्सीलेंट वेदर एबिलिटी साउंड रिड्यूसिंग फायर रिटार्डेंट रिसाइकलेबल एंड लाइटवेट जैसी खूबियों से भरी शीट्स बेहतर व आधुनिक पसंद के लिए याद रखें रागी होम डेकोर केयर ऑफ रागी डिस्ट्रीब्यूटर्स एंड प्रमोटर्स वार्ड नंबर 11 नियर नोवेल्टी मॉल Mamoon Road, Pathankot. Contact us on 9540066113.